ਪ੍ਰਾਈਮੇਸ਼ਾ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਖਬਰਾਂ ਤੇ ਗੱਲਬਾਤ ਕਰਾਂਗੇ ਉਹਨਾਂ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਤੀਜੀ ਲਹਿਰ ਦੇ ਸੰਕੇਤ ਦਿੱਤੇ ਜਾ ਰਹੇ ਨੇ ਕਿੰਨੀ ਖਤਰਨਾਕ ਹੋ ਸਕਦੀ ਹੈ ਕਿਹਦੇ ਲਈ ਜ਼ਿਆਦਾ ਅਸਰਦਾਰਕ ਹੋਵੇਗੀ ਕਿਉਂਕਿ ਸੁਪਰੀਮ ਕੋਰਟ ਨੇ ਕੁਝ ਗੱਲਾਂ ਕਈਆਂ ਨੇ ਹਾਈ ਕੋਰਟ ਨੂੰ ਵੀ ਕੁਝ ਲੋਕਾਂ ਨੂੰ ਵੀ ਧਿਆਨ ਦੇਣਾ ਪੈਣਾ ਇਸ ਮਾਮਲੇ ਦੇ ਉੱਪਰ ਦੂਸਰੇ ਪਾਸੇ ਪੰਜਾਬ ਵਿੱਚ ਸਿਹਤ ਸਿਸਟਮ ਤੇ ਇੱਕ ਵਾਰ ਫਿਰ ਤੋਂ ਸਵਾਲ ਖੜੇ ਹੋਏ ਨੇ ਨਵਜੋਤ ਸਿੱਧੂ ਨੂੰ ਕੁਝ ਐਮਐਲਏ ਤੇ ਕੁਝ ਐਮਪੀਜ਼ ਮਿਲੇ ਨੇ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਚਰਚਾ ਕਰਦੇ ਆ ਪਰ ਸਭ ਤੋਂ ਪਹਿਲਾਂ ਸਵਾਗਤ ਓਕੇ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਪੰਸੋ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਪੰਸਾਬ ਕਰੋਨਾ ਵਾਇਰਸ ਦੀ ਤੀਜੀ ਲਹਿਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਸਖਤ ਫੈਸਲੇ ਲੈਣੇ ਪੈਣੇ ਆ ਬੱਚਿਆਂ ਦੇ ਉੱਪਰ ਅਸਰ ਹੋਵੇਗਾ ਕਿੰਨਾ ਅਸਰ ਹੋਵੇਗਾ ਇਹ ਸਾਰਿਆਂ ਦੇ ਮੈਨੂੰ ਲੱਗਦਾ ਕਿ ਚਰਚਾ ਕਰਨੀ ਇੱਕ ਵਾਰ ਜ਼ਰੂਰ ਬਣਦੀ ਹੈ ਨਵਜੀਤ ਪਹਿਲਾਂ ਤਾਂ ਇਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਜੇ ਪਹਿਲੀ ਲਹਿਰ ਚੱਲਦੀ ਹੈ ਦੂਜੀ ਚੱਲਦੀ ਹੈ ਬਿਲਕੁਲ ਕਬੀ ਵਿਚਾਰੇ ਹੂੰ ਦੋ ਤਿੰਨ ਵਾਰ ਇਹਨਾਂ ਨੇ ਆਖਿਆ ਦੂਜੀ ਲਹਿਰ ਸ਼ੁਰੂ ਹੋ ਗਈ ਆ ਹੂੰ ਫਿਰ ਕੰਨ ਨਹੀਂ ਅਜੇ ਨਹੀਂ ਸ਼ੁਰੂ ਹੋਏ ਹੋਣੀ ਜੀ ਸਾਡੇ ਦੇਸ਼ ਦਾ ਤਾਂ ਹਾਲ ਇਹ ਆ ਕਿ ਹਰ ਸਾਲ ਜਦੋਂ ਮੌਨਸੂਨ ਆਉਂਦੀ ਆ ਕਹਿੰਦੇ ਬਸ ਮੋਟਲੇ ਛੜਾਕੇ ਆਏ ਆ ਹੂੰ ਜੋ ਤਿੰਨ ਦਿਨ ਲਗਾਤਾਰ ਪਵੇ ਤੇ ਕਹਿੰਦੇ ਜੀ ਮੌਨਸੂਨ ਸਾਰੀ ਆ ਗਈ ਆ ਬਿਲਕੁਲ ਚੌਥੇ ਦਿਨ ਬੰਦ ਹੋ ਜਾਵੇ ਮੁੜ ਕੇ 8 ਦਿਨ ਵੀ ਨਾ ਪਵੇ ਤੇ ਕਹਿੰਦੇ ਨੇ ਉਹ ਅੰਦਾਜ਼ੇ ਦੀ ਗਲਤੀ ਹੋ ਗਈ ਸੀ ਅਸਲ ਚ ਮੌਂਟਲੇ ਛੜਾਕੇ ਸੀ ਜੀ ਯਾਨੀ ਇਹਨਾਂ ਨੂੰ ਵੀ ਨਹੀਂ ਪਤਾ ਮੌਂਟਲੇ ਛੜਾਕੇ ਆ ਕਿ ਮੌਨਸੂਨ ਆ ਗਈ ਇਹੋ ਹੀ ਹਾਲਤ ਕਰੋਨਾ ਵਾਇਰਸ ਦੇ ਮਾਮਲੇ ਚ ਇਹਨਾਂ ਨੂੰ ਵਾਇਰਸ ਦਾ ਪਤਾ ਹੀ ਨਹੀਂ ਲੱਗਾ ਕਿ ਪਹਿਲੀ ਲਹਿਰ ਚੱਲਦੀ ਆ ਦੂਸਰੀ ਚੱਲਦੀ ਆ ਦੂਸਰੀ ਤੇ ਪਹਿਲੀ ਦਾ ਸੰਪਰਕ ਪਾਟ ਕਿਡਾ ਹੂੰ ਕਿੱਥੋਂ ਉਹਦੇ ਨਾਲੋਂ ਨਿਕੜ ਕੇ ਦੂਜੀ ਸ਼ੁਰੂ ਹੋਈ ਕੋਈ ਪਤਾ ਨਹੀਂ ਨੂੰ ਹੁਣ ਕਈ ਮਾਹਰ ਇਹ ਕਹਿੰਦੇ ਨੇ ਕਿ ਤੀਸਰੀ ਲਹਿਰ ਚੱਲ ਪਈ ਆ ਜੀ ਕਈ ਕਹਿੰਦੇ ਨੇ ਤੀਸਰੀ ਚੱਲਣ ਵਾਲੀ ਹੈ ਸਰਕਾਰ ਨੂੰ ਪੁੱਛੋ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਅਜੇ ਤੱਕ ਇਹਨਾਂ ਦੇ ਮਾਹਰ ਇਹ ਫੈਸਲਾ ਨਹੀਂ ਕਰ ਸਕੇ ਕਿ ਕਿਸੇ ਨੂੰ ਇੱਕ ਵੈਕਸੀਨ ਲੱਗੀ ਹੋਵੇ ਜੇ ਉਹਨੂੰ ਬਾਅਦ ਵਿੱਚ ਕਰੋਨਾ ਪਾਈ ਤੋਂ ਨਿਕੜਾਉਂਦਾ ਇਲਾਜ ਕਰਾ ਲਿੰਦਾ ਫਿਰ ਦੂਸਰੀ ਵੈਕਸੀਨ ਲਾਉਣੀ ਚਾਹੀਦੀ ਕਿ ਨਹੀਂ ਲਾਉਣੀ ਚਾਹੀਦੀ ਕੁਝ ਡਾਕਟਰ ਕਹਿੰਦੇ ਆ ਕਿ ਇੱਕ ਵੈਕਸੀਨ ਤੋਂ ਬਾਅਦ ਜੇ ਉਹਨੂੰ ਕੋਰੋਨਾ ਵਾਇਰਸ ਪੋਜ਼ਿਟਿਵ ਦੀ ਰਿਪੋਰਟ ਆ ਜਾਂਦੀ ਹੈ ਤੇ 14 ਦਿਨ ਕਵਾਰਨਟਾਈਨ ਵੀ ਰਹਿ ਲੈਦਾ ਹੂੰ ਜੀ ਫਿਰ ਉਹਦੇ ਅੰਦਰ ਐਂਟੀਬਾਡੀਜ਼ ਬਣ ਜਾਂਦੀਆਂ ਤੇ ਦੂਸਰੀ ਵੈਕਸੀਨ ਦੀ ਲੋੜ ਨਹੀਂ ਕੁਝ ਡਾਕਟਰ ਕਹਿੰਦੇ ਆ ਫਿਰ ਵੀ ਲੋੜ ਹੈ ਕੁਝ ਕਹਿੰਦੇ ਬਿਲਕੁਲ ਨਹੀਂ ਲਾਉਣਾ ਕੁਝ ਕਹਿੰਦੇ ਲਾਉਣਾ ਹੀ ਪਵੇਗਾ ਜੀ ਮੈਂ ਇਹਦੇ ਬਾਰੇ ਜਲੰਧਰ ਦੇ ਡਾਕਟਰਾਂ ਤੋਂ ਸ਼ੁਰੂ ਕਰਕੇ ਚੰਡੀਗੜ੍ਹ 'ਚ ਬੈਠੇ ਸੇਤੂ ਭਾਗ ਦੇ ਵੱਡੇ ਅਧਿਕਾਰੀਆਂ ਤੱਕ ਵੀ ਗੱਲ ਕੀਤੀ ਆ ਮੰਤਰੀਆਂ ਤੱਕ ਗੱਲ ਕੀਤੀ ਜੀ ਚਲੋ ਮੰਤਰੀ ਤਾਂ ਡਾਕਟਰ ਨਹੀਂ ਹੁੰਦੇ ਉਹਨਾਂ ਨੇ ਤੇ ਰਾਜਨੀਤੀ ਦਾ ਕੋਰਸ ਕੀਤਾ ਹੁੰਦਾ ਜੀ ਉਹ ਇੰਨਾ ਕੋਰਸ ਦਿਨੇ ਨਹੀਂ ਹੁੰਦਾ ਜਿੰਨਾ ਰਾਤ ਨੂੰ ਮਹਿਫਲਾਂ 'ਚ ਹੋ ਜਾਂਦਾ ਬਿਲਕੁਲ ਉਹਨਾਂ ਨੂੰ ਛੱਡ ਦਈਏ ਡਾਕਟਰਾਂ ਦੀ ਅਜੇ ਤੱਕ ਏਕਰਾਇ ਨਹੀਂ ਹੁਣ ਕੱਲ ਦੀ ਰਿਪੋਰਟ ਆਉਂਦੀ ਪਈ ਹੈ ਕਿ ਤੀਸਰੀ ਲਹਿਰ ਆ ਤੇ ਉਹ ਤੀਸਰੀ ਲਹਿਰ ਵੀ ਇੱਕੋ ਜਿਹੀ ਸਾਰੇ ਭਾਰਤ 'ਚ ਨਹੀਂ ਜੀ ਉੱਤਰੀ ਭਾਰਤ ਵਿੱਚ ਉਹ ਤੀਸਰੀ ਲਹਿਰ ਹੋਰ ਕਿਸਮ ਦੀ ਆ ਦੱਖਣੀ ਭਾਰਤ ਵਿੱਚ ਉਹ ਕਿਸਮ ਦੀ ਆ ਇੱਕ ਅਖਬਾਰ ਨੇ ਲਿਖਤਾ ਜੀ ਕੋਰੋਨਾ ਵਾਇਰਸ ਦੇ ਵੱਖੋ ਵੱਖਰੇ ਸਟ੍ਰੇਨ ਜਿਹੜੇ ਆ ਉਹਨਾਂ ਨੇ ਆਪੋ ਚ ਇਲਾਕੇ ਵੰਡ ਲਏ ਇਹ ਇਲਾਕੇ ਵੰਡਣ ਵਾਸਤੇ ਪਟਵਾਰੀ ਕਿਹੜਾ ਲਿਆਂਦਾ ਸੀ ਨਿਸ਼ਾਨਦੇਹੀ ਦੇਣ ਵਾਸਤੇ ਇਹਦਾ ਕੋਈ ਪਤਾ ਨਹੀਂ ਜੀ ਇਹ ਰਿਪੋਰਟ ਆ ਰਹੀ ਆ ਕਿ ਤੀਸਰੀ ਲਹਿਰ ਇੰਨੀ ਖਤਰਨਾਕ ਆ ਕਿ ਪਹਿਲਾਂ ਇਹ ਕਹਿੰਦੇ ਸੀ ਕਿ ਕੋਰੋਨਾ ਕਿਸੇ ਨੂੰ ਮਾਰਦਾ ਨਹੀਂ ਇਮਿਊਨ ਸਿਸਟਮ ਕਮਜ਼ੋਰ ਕਰਦਾ ਲੋਕੀ ਮਰਦੇ ਆਪਣੀਆਂ ਬਿਮਾਰੀਆਂ ਨਾਲ ਕੋਈ ਸ਼ੂਗਰ ਨਾਲ ਮਰਦਾ ਕੋਈ ਕਿਡਨੀ ਦੀ ਬਿਮਾਰੀ ਨਾਲ ਮਰਦਾ ਕੋਈ ਕਿਸੇ ਹੋਰ ਸਾਦੀ ਬਿਮਾਰੀ ਨਾਲ ਬਿਲਕੁਲ ਆਸਮਾਨ ਨਾਲ ਮਰ ਜਾਂਦਾ ਪਰ ਕਰੋਨਾ ਆਪ ਨਹੀਂ ਮਾਰਦਾ ਜਿਹੜੇ ਤੰਦਰੁਸਤ ਲੋਕ ਸੀ ਬਿਲਕੁਲ ਠੀਕ ਠਾਕ ਸੀ ਉਹ ਕਹਿੰਦੇ ਸਾਨੂੰ ਕੋਈ ਬਿਮਾਰੀ ਹੈ ਨਹੀਂ ਕਰੋਨਾ ਮੋਢਿਆਂ ਦੇ ਉੱਤੇ ਚੜਿਆ ਤੇ ਚੜਿਆ ਰਹਿਣ ਦਾ ਸਾਨੂੰ ਕੀ ਫਰਕ ਜੀ ਹੁਣ ਕਹਿੰਦੇ ਜਿਹੜੀ ਤੀਸਰੀ ਲਹਿਰ ਆਈ ਆ ਇਹ ਤੰਦਰੁਸਤ ਲੋਕਾਂ ਨੂੰ ਵੀ ਪੈ ਰਹੀ ਆ ਬਿਨਾ ਕਿਸੇ ਬਿਮਾਰੀ ਤੋਂ ਖੁਦ ਬਿਮਾਰੀ ਬਣ ਕੇ ਬੰਦੇ ਨੂੰ ਮਾਰ ਰਹੀ ਇਹਨੂੰ ਸਾਰੇ ਕੁਝ ਨੂੰ ਛੱਡ ਦਿਓ ਇੱਕ ਹੋਰ ਨਵੀਂ ਗੱਲ ਆ ਵੇਖਣ ਚ ਆਉਂਦੀ ਉਹ ਇਹ ਕਿ ਕਿਸੇ ਅਖਬਾਰ ਦੇ ਵਿੱਚ ਚੇਂਜ ਆਫ ਨੇਮ ਦੀ ਡੱਬੀ ਨਹੀਂ ਲੱਗੀ ਪੰਜਾਬ ਦੇ ਵਿੱਚ ਕਰੋਨਾ ਦਾ ਚੇਂਜ ਆਫ ਨੇਮ ਸ਼ੁਰੂ ਹੋ ਗਿਆ ਪਿੰਡਾਂ 'ਚ ਜਾਓ ਪੁੱਛੋ ਤੁਹਾਡੇ ਇੱਥੇ ਕਰੋਨਾ ਵਾਇਰਸ ਦਾ ਕੋਈ ਹੈ ਕੰਦੇ ਇਸ ਕਰੋਨਾ ਤਾਂ ਨਹੀਂ ਆਇਆ ਪਰ ਟਾਈਫਾਇਡ ਬੜਾ ਇੱਕਦਮ ਹੋ ਗਿਆ ਜੀ ਬਹੁਤ ਲੋਕ ਕਹ ਰਹੇ ਅਸਲ ਵਿੱਚ ਉਹ ਟਾਈਫਾਇਡ ਨਹੀਂਗਾ ਇੱਕ ਇੱਕ ਪਿੰਡ ਚ 10 10 15 15 20 20 ਮੌਤਾਂ ਕਈ ਵੱਡੇ ਪਿੰਡਾਂ ਚ ਤੀਤੀ ਤੀ ਹੋ ਗਈਆਂ ਨੇ ਜੀ ਉਹਨੂੰ ਪੁੱਛੋ ਕਹਿੰਦੇ ਸਾਡੇ ਪਿੰਡ ਤਾਂ ਕਰੋਨਾ ਵੜਿਆ ਨਹੀਂ ਫਿਰਨੀ ਤੋਂ ਪਛਾਹ ਮੁੜ ਗਿਆ ਪਰ ਟਾਈਫਾਇਡ ਸਾਡੇ ਪਿੰਡ ਬਹੁਤ ਹੋ ਗਿਆ ਇਹ ਸਾਰੇ ਪਿੰਡਾਂ ਚ ਟਾਈਫਾਇਡ ਨਹੀਂਗਾ ਇਹਦਾ ਚੇਂਜ ਆਫ ਨੇਮ ਹੋ ਗਿਆ ਹਮ ਆਪਣੇ ਆ ਵੀ ਇਹ ਪਤਾ ਨਹੀਂ ਕਿਹਨੇ ਕਰਤਾ ਕਿ ਕਰੋਨਾ ਵਾਇਰਸ ਨੂੰ ਟਾਈਫਾਇਡ ਆਖਿਆ ਕਰੋ। ਉਦਾਂ ਜ਼ਿਆਦਾ ਗਲਪਾ ਜੂਗਾ। ਬਿਲਕੁਲ। ਇਹਨਾਂ ਸਾਰੀਆਂ ਗੱਲਾਂ 'ਚ ਸਰਕਾਰ ਕੀ ਕਰਦੀ ਐ? ਸੁਪਰੀਮ ਕੋਰਟ ਕਹਿੰਦੀ ਐ ਬੱਚਿਆਂ ਦਾ ਪ੍ਰਬੰਧ ਕਰੋ। ਇਹ ਠੀਕ ਐ ਗੱਲ ਵੀ ਐ ਇਸੋਂਲੇ ਬਾਹਰ ਕਹਿੰਦੇ ਐ ਕਿ ਅਗਲੇ ਦਿਨਾਂ 'ਚ ਕਰੋਨਾ ਵਾਇਰਸ ਬੱਚਿਆਂ ਨੂੰ ਵੀ ਪਊਗਾ ਕਿਤੇ-ਕਿਤੇ ਰਿਪੋਰਟਾਂ ਆ ਗਈਆਂ ਨੇ ਕਿ ਬੱਚਿਆਂ ਨੂੰ ਫੈਲ। ਬਿਲਕੁਲ। ਮੈਨੇਜਮੈਂਟ ਕੀ ਚੀਜ਼ ਹੁੰਦੀ ਐ? ਜਿਹੜੇ ਕਹਿੰਦੇ ਵਿਸ਼ਵ ਗੁਰੂ ਬਣਨਾ ਉਹਨਾਂ ਦੀ ਮੈਨੇਜਮੈਂਟ ਇਸ ਤਰ੍ਹਾਂ ਦੀ ਹੈ ਕਿ ਦਿੱਲੀ ਦੇ ਵਿੱਚ 500 ਐਂਬੂਲੈਂਸਾਂ ਇਹੋ ਜਿਹੀਆਂ ਚੱਲਦੀਆਂ ਪਈਆਂ ਪੰਜਾਬ ਦੇ ਵਿੱਚ ਵੀ ਹਜ਼ਾਰਾਂ ਕਿਤੇ ਚੱਲਦੀਆਂ ਹੋਣਗੀਆਂ ਜਿਹੜੀਆਂ ਐਂਬੂਲੈਂਸਾਂ ਹੈ ਹੀ ਨਹੀਂ ਪ੍ਰਾਈਵੇਟ ਗੱਡੀਆਂ ਖਰੀਦ ਕੇ ਤੇ ਆਪਣੇ ਆਪ ਉੱਤੇ ਐਂਬੂਲੈਂਸ ਲਖਾ ਲਿਆ ਜੀ ਗੈਰ ਕਾਨੂੰਨੀ ਐਂਬੂਲੈਂਸਾਂ ਨੇ ਉੱਤੇ ਹੂਟਰ ਤੇ ਰੰਗ-ਬਰੰਗੀਆਂ ਬੱਤੀਆਂ ਗੈਰ ਕਾਨੂੰਨੀ ਲਵਾ ਲੀਆਂ ਨੇ ਅਸਲ ਵਿੱਚ ਟੈਕਸੀ ਨਹੀਂ ਚਲਾਈ ਤੇ ਐਂਬੂਲੈਂਸ ਬਣਾ ਲਈ ਜੀ ਤੇ ਛੇਲੇ ਲਾਉਣ ਦਾ ਫਾਰਮੂਲਾ ਅਸੀਂ ਕਹਿੰਦੇ ਆ ਕਿ ਐਮਬੂਲੈਂਸਾਂ ਬਾਰੇ ਬਹੁਤ ਵੱਡਾ ਯੋਗਦਾਨ ਦੇ ਰਿਆ ਦਿੱਲੀ ਚ ਰਿਪੋਰਟ ਹੈ ਕਿ ਦਿੱਲੀ ਦੇ ਵਿੱਚ ਇੱਕ ਹਸਪਤਾਲ ਤੋਂ ਦੂਸਰੇ ਤੇ ਲੈ ਜਾਣਾ ਹੋਵੇ ਤੇ 15000 ਰੁਪਏ ਮੰਗਦੇ ਬਿਲਕੁਲ ਤੇ ਜੇ ਪੰਜਾਬ ਲੈ ਜਾਣਾ ਹੋਵੇ ਤੇ ਇੱਕ ਬੇਬੀ ਗੁਰੂਗ੍ਰਾਮ ਕਹੋ ਜਾਂ ਗੁੜਗਾਓ ਕਹੋ ਜੀ ਉੱਥੇ ਉਹਨੂੰ ਕਿਸੇ ਹਸਪਤਾਲ 'ਚ ਬੈੱਡ ਨਹੀਂ ਮਿਲਿਆ ਉਹਦੇ ਪਰਿਵਾਰ ਨੇ ਲੁਧਿਆਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਇੱਥੇ ਬੈੱਡ ਮਿਲ ਗਿਆ ਹੂੰ ਬਿਲਕੁਲ ਐਮਬੂਲੈਂਸ ਲੈ ਕੇ ਆ ਗਏ ਗੁਰਦਾਉਂ ਦਿੱਲੀ ਤੋਂ ਸਿੱਧਾ ਸਿੱਧਾ ਯਾਤਰਾ ਮੈਂ ਅੰਬਾਲਾ ਤੋਂ ਪੰਜਾਬ ਚਾਜਣਾ ਲੁਧਿਆਣਾ ਤੱਕ ਆਉਣ ਦਾ ਟੈਕਸੀ ਬੜੇ 6000 ਨਹੀਂ 8000 ਰੁਪਿਆ ਕਰਾ ਲੈਂਦੇ ਹੁੰਦੇ ਆ ਜੀ ਐਮਬੂਲੈਂਸ ਨੇ ਗੁਰਦਾਉਂ ਤੋਂ ਲੁਧਿਆਣਾ ਤੱਕ ਆਉਣ ਦੇ 1,20,000 ਰੁਪਏ ਲਿਆ ਔਰ ਬਕਾਇਦਾ ਰਸੀਦ ਕੱਟ ਕੇ ਦਿੱਤੀ ਆ ਕਿਸੇ ਨੇ ਪੁੱਛਿਆ ਕਿ ਉਹ ਐਮਬੂਲੈਂਸ ਰਜਿਸਟਰਡ ਵੀ ਆ ਕਿ ਨਹੀਂ ਜੀ ਜਿਹੜੇ ਦੇਸ਼ ਵਿੱਚ ਰਜਿਸਟਰਡ ਨਾਲੋਂ ਵੱਧ ਅਨਰਜਿਸਟਰਡ ਕੰਮ ਚੱਲਦਾ ਲਾਈਸੈਂਸੀ ਨਾਲੋਂ ਵੱਧ ਅਨਲਾਈਸੈਂਸੀ ਚੱਲਦਾ ਜਿੱਥੇ ਮੁਲਾਜ਼ਮਾਂ ਨੇ ਸਰਕਾਰ ਨੂੰ ਤੰਗ ਕਰਨਾ ਹੋਵੇ ਤੇ ਹੜਤਾਲ ਤੇ ਨਹੀਂ ਜਾਂਦੇ ਕਹਿੰਦੇ ਵਰਕ ਟੂ ਰੂਲ ਕਰਾਂਗੇ ਜੀ ਯਾਨੀ ਕਾਨੂੰਨਾ ਮੁਤਾਬਕ ਕੰਮ ਕਰਾਂਗੇ ਤੇ ਫਿਰ ਮਾੜੀ ਗੱਲ ਕੀ ਕਾਨੂੰਨਾ ਮੁਤਾਬਕ ਕਰੋਗੇ ਕਹਿੰਦੇ ਜੀ ਕਾਨੂੰਨ ਮੁਤਾਬਕ ਚੱਲਦਾ ਹੀ ਨਹੀਂ ਚੱਲਦਾ ਤਾਂ ਜੇ ਕਾਨੂੰਨ ਤੋਂ ਬਾਹਰ ਜਾਈਏ ਜਦੋਂ ਸਰਕਾਰ ਨੂੰ ਤੰਗ ਕਰਨਾ ਹੋਵੇ ਉਦੋਂ ਅਸੀਂ ਵਰਕ ਟੂ ਰੂਲ ਕਰਾਂਗੇ ਜੀ ਇਹ ਜਿਹੜੀਆਂ ਐਂਬੂਲੈਂਸਾਂ ਵੀ ਚੱਲਦੀਆਂ ਪਈਆਂ ਨੇ ਕਿੰਨਾ ਕੋਸ਼ਾ ਜਿਹੜਾ ਵਰਕ ਟੂ ਰੂਲ ਨਹੀਂਗਾ ਪਤਾ ਹੀ ਨਹੀਂ ਕਿਹੜਾ ਆਪਣੇ ਬਣਾਏ ਰੂਲਸ ਕੋ ਪੁੱਛਣ ਵਾਲੇ ਆ ਨਹੀਂ ਸੁਪਰੀਮ ਕੋਰਟ ਜੋ ਮਰਜ਼ੀ ਉੱਥੇ ਆਖੀ ਜਾਵੇ ਥੰਦੇ ਘੜੇ ਦੇ ਉੱਤੇ ਜਿੰਨਾ ਮਰਜ਼ੀ ਪਾਣੀ ਦੀਆਂ ਬਾਲਟੀਆਂ ਪਾਈ ਜਾਓ ਉਹਨਾਂ ਨੂੰ ਕੋਈ ਫਰਕ ਪੈਂਦਾ ਬਿਲਕੁਲ ਫਰਕ ਨਹੀਂ ਪੈ ਰਿਹਾ ਜੀ ਪੰਡਤ ਸਾਹਿਬ ਛੇ ਸਿਸਟਮ ਦੀ ਤੁਸੀਂ ਗੱਲ ਕੀਤੀ ਹੈ ਖਬਰ ਆ ਰਹੀ ਹੈ ਕਿ 6 ਜ਼ਿਲ੍ਹੇ ਅਜਿਹੇ ਆ ਜਿੱਥੇ ਇੱਕ ਵੀ ਵੈਂਟੀਲੇਟਰ ਹੈ ਨਹੀਂਗਾ ਜ਼ਰੂਰਤ ਅੱਜ ਕੱਲ ਇਹ ਹੈ ਕਿ ਵੈਂਟੀਲੇਟਰ ਹਸਪਤਾਲਾਂ ਵਿੱਚ ਹੋਣੇ ਚਾਹੀਦੇ ਆ ਉੱਪਰੋਂ ਕਈ ਸਰਕਾਰੀ ਹਸਪਤਾਲਾਂ ਦੇ ਡਾਕਟਰ ਅਸਤੀਫੇ ਦੇ ਰਹੇ ਆ ਕਿਵੇਂ ਦੇਖਦੇ ਹੋ ਇਹ ਸਭ ਨੂੰ ਇਹ ਦੋ ਘਰ ਅੱਡੋ ਅੱਡ ਪਹਿਲੀ ਗੱਲ ਤੇ ਵੈਂਟੀਲੇਟਰ ਆਏ ਆ ਜੀ ਬਿਹਾਰ ਵਿੱਚ ਵੀ ਪੰਜਾਬ ਵਿੱਚ ਵੀ ਹਮ ਪਰ ਉਹਨਾਂ ਵੈਂਟੀਲੇਟਰਸ ਨੂੰ ਚਾਲੂ ਕਰਕੇ ਉੱਥੋਂ ਦੇ ਸਟਾਫ ਨੂੰ ਟ੍ਰੇਨਿੰਗ ਦੇਣ ਵਾਲਾ ਉਸ ਕੰਪਨੀ ਦਾ ਬੰਦਾ ਅਜੇ ਤੱਕ ਨਹੀਂ ਆਇਆ ਕਿਤੇ ਹਫਤਾ ਹੋ ਗਿਆ ਵੈਂਟੀਲੇਟਰ ਪਏ ਉਹਨੂੰ ਕਿਤੇ ਮਹੀਨਾ ਹੋ ਗਿਆ ਕਿਤੇ 3 ਮਹੀਨੇ ਹੋ ਗਏ ਤੇ ਫਿਰ ਭੇਜੇ ਕਦੇ ਲਈ ਧੂਫ ਦੇਣ ਵਾਸਤੇ ਜੀ ਤੁਸੀਂ ਘਿਓ ਦਾ ਡੱਬਾ ਕੰਧ ਤੇ ਟੰਕ ਕੇ ਤੇ ਰੋਟੀ ਇਥੇ ਜਾਰਨਾ ਖਾਈ ਜਾਓ ਤੇ ਉਹ ਕਿਉਂ ਤੁਹਾਡੇ ਅੰਦਰ ਨਹੀਂ ਜਾ ਸਕਦਾ वेंटिलेटर ਡੱਬਿਆਂ 'ਚ ਬੰਦ ਕਰਕੇ ਤੁਸੀਂ ਕੋਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟ ਆ ਮਰੀਜ਼ ਆ ਉਹਨਾਂ ਦਾ ਇਲਾਜ ਨਹੀਂ ਕਰ ਸਕੋ। ਜਿਹੜੀ ਕੰਪਨੀ ਨੇ ਸਪਲਾਈ ਕੀਤੀ ਆ ਜੋ ਇੰਨੇ ਦਿਨਾਂ ਤੱਕ ਕੱਪੜਾ ਮੰਦਾ ਨਹੀਂ ਭੇਜਦੀ ਤੇ ਉਸ ਕੰਪਨੀ ਦੇ ਖਿਲਾਫ ਕੇਸ ਹੁਣ ਤੱਕ ਰਜਿਸਟਰਡ ਕਿਉਂ ਨਹੀਂ ਕੀਤਾ ਗਿਆ ਕੇਸ ਦਰਜ ਕਰਨਾ ਚਾਹੀਦਾ ਜੀ ਨਹੀਂ ਕੀਤਾ ਗਿਆ ਪਹਿਲੀ ਗੱਲ ਦੂਜੀ ਆ ਡਾਕਟਰਾਂ ਦੇ ਅਸਤੀਫਿਆਂ ਦੀ ਮਾਹਰ ਡਾਕਟਰ ਨੇ ਵਾਇਰਲੋਜੀ ਦੇ ਮਾਹਰ ਨੇ ਇਸ ਬਿਮਾਰੀ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਜੀ ਹੁਣ ਸਵਾ ਸਾਲ ਹੋ ਗਿਆ ਇਸ ਬਿਮਾਰੀ ਦੇ ਨਾਲ ਲੜਦਿਆਂ ਬਹੁਤ ਕੁਝ ਸਮਝ ਚੁੱਕੇ ਅਸੀਂ ਉਹਨਾਂ ਦੀਆਂ ਮਜਬੂਰੀਆਂ ਜਾਣਦੇ ਸਾਨੂੰ ਇਹ ਪਤਾ ਕਿ ਇਸ ਹਾਲਾਤ ਦੇ ਵਿੱਚ ਉਹ ਬੜੇ ਔਖੇ ਹੁੰਦੇ ਆ ਲੋਕਾਂ ਦਾ ਕੌੜਾ ਪਿੱਕਾ ਵੀ ਜਰਨਾ ਪੈਂਦਾ ਜੀ ਬਿਲਕੁਲ ਪਰ ਜਰਨਾ ਪੈਂਦਾ ਤੇ ਜਰ ਲਓ ਜੇ ਤੁਸੀਂ ਮਨੁੱਖੀ ਭਾਵਨਾ ਲੈ ਕੇ ਡਾਕਟਰ ਬਣਿਆ ਤੁਹਾਨੂੰ ਕਿਸੇ ਨੇ ਡੰਡੇ ਨਾਲ ਡਾਕਟਰ ਨਹੀਂ ਬਣਾਇਆ ਆਪ ਸੋਚ ਕੇ ਇਸ ਫੀਲਡ ਵਿੱਚ ਚਾਹੀਓ ਉਖਲੇ ਚ ਸਿਰ ਦਿੱਤਾ ਮੋਲਿਆਂ ਤੋਂ ਕਿਉਂ ਡਰਦੇ ਹੋ ਕੰਮ ਕਰੋ ਜੀ ਅਸੀਂ ਕਹਿੰਦੇ ਆ ਕਰੋਨਾ ਦੇ ਖਿਲਾਫ ਇੱਕ ਜੰਗ ਚੱਲਦੀ ਪਈ ਇਸ ਜੰਗ ਦੇ ਵਿੱਚੋਂ ਲੜਾਈ ਚੋਂ ਹਥਿਆਰ ਸੁੱਟ ਕੇ ਭੱਜੋ ਨਾ ਲੜੋ ਜਦੋਂ ਤੁਸੀਂ ਭੱਜੋਗੇ ਇਸ ਲੜਾਈ ਚੋਂ ਬਾਹਰ ਜਾਓਗੇ ਇਹ ਲੜਾਈ ਵੀ ਕਮਜ਼ੋਰ ਹੋਵੇਗੀ ਤੁਹਾਡਾ ਆਪਣਾ ਅਕਸ ਵੀ ਦਾਗੀ ਹੋਵੇਗਾ ਜੀ ਲੋਕੀ ਤੁਹਾਨੂੰ ਕੱਲ ਨੂੰ ਵਿਆਹ ਸ਼ਾਦੀਆਂ ਤੇ ਮਰਨੇ ਪਰ ਨਿਤ ਗਿਆਨ ਸੋਸ਼ਲ ਇਕੱਠਾ ਇਕੱਠਾ ਮੀਣਾ ਮਾਰਿਆ ਕਰਨਗੇ ਜਦੋਂ ਡਿਊਟੀ ਕਰਨ ਦਾ ਵੇਲਾ ਸੀ ਤੂੰ ਭੱਜ ਗਿਆ ਸੀ ਤੂੰ ਭੱਜ ਗਈ ਸੀ ਜੀ ਜੇ ਭੱਜ ਗਿਆ ਤੇ ਭੱਜ ਗਈ ਨਹੀਂ ਖਬੋਣਾ ਫਿਰ ਆਪਣਾ ਫਰਜ਼ ਸਮਝ ਕੇ ਡਿਊਟੀ ਕਰੋ ਦੂਜੀ ਗੱਲ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਬਾਰਡਰ ਤੇ ਜੰਗ ਚੱਲਦੀ ਹੋਵੇ ਜਿਹੜਾ ਸਪਾਈ ਮੌਤਿਓ ਤੋਂ ਪਛਾਣ ਭੱਜ ਜਾਂਦਾ ਫੌਜ ਨੂੰ ਕੋ ਸਜ਼ਾ ਦਿੰਦੀ ਹੁੰਦੀ ਹੈ ਜਿਹੜੇ ਲੋਕ ਇਸ ਵੇਲੇ ਸਰਕਾਰੀ ਤਨਖਾਹ ਨਾਲੋਂ ਵੱਡੀ ਤਨਖਾਹ ਤੇ ਪ੍ਰਾਈਵੇਟ ਹਸਪਤਾਲਾਂ 'ਚ ਜਾ ਰਹੇ ਇੱਕ ਕੇਸ ਤਾਂ ਇਹੋ ਜਿਹਾ ਕਿ ਬੀਬੀ ਇੱਥੇ ਸਰਕਾਰੀ ਡਿਊਟੀ ਤੇ ਸੀ ਉਹਦੇ ਹੁਣ 에ਅਰ ਫੋਰਸ ਦੀ ਨੌਕਰੀ ਮਿਲ ਗਈ ਹੈ ਤਾਂ ਡਾਕਟਰ ਆ ਜੀ ਸਰਕਾਰ ਲਈ ਇੱਥੇ ਕੰਮ ਕਰਦੀ ਸੀ ਸਰਕਾਰ ਲਈ ਉੱਥੇ ਕਰੂ 에ਅਰ ਫੋਰਸ 'ਚ ਚਲੀ ਗਈ ਉਹ ਕੇਸ ਵੱਖਰਾ ਪਰ ਜਿਹੜੇ ਸਰਕਾਰੀ ਹਸਪਤਾਲ 'ਚ ਕਹਿ ਕੇ ਘੱਟ ਤਨਖਾਹ ਤੇ ਪ੍ਰਾਈਵੇਟ ਹਸਪਤਾਲਾਂ 'ਚ ਵੱਡਾ ਸੌਦਾ ਮਾਰ ਕੇ ਜਾਂਦੇ ਪਏ ਉਹਨੂੰ ਪਹਿਲਾਂ ਸਦਕਾ ਸਮਝਾਉਣਾ ਚਾਹੀਦਾ ਮਨਾਉਣਾ ਚਾਹੀਦਾ ਦੁੱਖ ਹੱਤਿ ਬਰਉਣਾ ਚਾਹੀਦਾ ਜੇ ਨਹੀਂ ਮੰਨਦੇ ਤੇ ਫਿਰ ਕਾਨੂੰਨੀ ਕਾਰਵਾਈ ਇਹੋ ਜੇ ਮੌਕੇ ਤੇ ਕਰਨੀ ਚਾਹੀਦੀ ਹੈ ਜੀ ਕਿ ਤੁਸੀਂ ਜਿਹੜੇ ਸੌਖੇ ਸਮੇਂ ਦੇ ਉੱਤੇ ਇੱਥੇ ਡਾਕਟਰ ਹੈ ਉਹ ਤੇ ਅੱਜ ਤੁਸੀਂ ਛੱਡ ਕੇ ਭੱਜ ਰਹੇ ਹੋ ਜਾਣ ਨਹੀਂ ਦੇਣਾ ਚਾਹੀਦਾ ਜੀ ਭਾਵੇਂ ਉਹਨਾਂ ਦਾ ਲਾਇਸੈਂਸ ਸਸਪੈਂਡ ਕਰਨਾ ਪਵੇ ਸਰਕਾਰ ਨੂੰ ਕੁਝ ਨਾ ਕੁਝ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇੱਕ ਭੱਜਿਆ ਦੂਜਾ ਭੱਜਿਆ ਤੀਜਾ ਭੱਜਿਆ ਕੋ ਜੇ ਕਿ ਹੋਰ ਵੀ ਹੋ ਸਕਦਾ ਜੇ ਇਹ ਛੇੜਛਿੜ ਕੇ ਨੁਕਸਾਨ ਕਰੇਗੀ ਅਸੀਂ ਪਿਛਲੇ ਸਾਲ ਦਾ ਕਹਿੰਦੇ ਹਾਂ ਕਿ ਜਦੋਂ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਲਏ ਸੀ ਸਰਕਾਰੀ ਡਾਕਟਰਾਂ ਨੇ ਉਹਦਾ ਸੇਵਾ ਕੀਤੀ ਹੈ ਤੇ ਅੱਜ ਜਦੋਂ ਮਾਨ ਥੋੜਾ ਕਰਨ ਦੇ ਦਿਨ ਆਏ ਨੇ ਥੋੜੀ ਔਖ ਵੇਖ ਕੇ ਜਿਹੜੇ ਭੱਜਦੇ ਪੈ ਚੰਗਾ ਨਹੀਂ ਕਰਦੇ ਮੈਂ ਸਮਝਦਾ ਉਹਨਾਂ ਨੇ ਵਜੇ ਵੀ ਆਪਣਾ ਫਰਜ਼ ਪਛਾਣਨਾ ਚਾਹੀਦਾ ਹੁਣ ਸਭ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਨੂੰ ਕੋਈ ਜਐਮਐਲਏ ਤੇ ਪਤਾ ਲੱਗਾ ਐਮਪੀ ਵੀ ਮਿਲਿਆ ਕੀ ਕਾਰਨ ਹੈ ਹੁਣ ਮਿਲਣ ਦਾ ਵੈਸੇ ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਸੀ ਦਰਵਾਜ਼ੇ ਬੰਦ ਹੀ ਕਰ ਦਿੱਤੇ ਆ ਮੈਂ ਪਤਾ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਤੇ ਆਪਣੇ ਸੀਸਵਾਲ ਨਵੇਂ ਮਹਿਲ ਦੇ ਦਰਵਾਜ਼ੇ ਬੰਦ ਕੀਤੇ ਹੋਣਗੇ ਹੂੰ ਐਮਪੀ ਕੋਈ ਨਹੀਂ ਗਏ ਉਹਨਾਂ ਕੋਲ ਜੀ ਗਏ ਨੇ ਕੁਝ ਐਮਐਲਏ ਤੇ ਜਿੰਨਾ ਕੁ ਮੇਰਾ ਖਿਆਲ ਹੈ ਤਿੰਨ ਇੱਕ ਮੰਤਰੀ ਗਏ ਨੇ ਵਿੱਚ ਹੂੰ ਉਹਨਾਂ ਨੇ ਜਾ ਕੇ ਨਵਜੋਤ ਸਿੰਘ ਸਿੱਧੂ ਨਾਲ ਗੱਲਾਂ ਕੀਤੀਆਂ ਪਹਿਲਾਂ ਉਹਨਾਂ ਨੇ ਆਪੋ ਵਿੱਚ ਵੀ ਮੀਟਿੰਗ ਕੀਤੀ ਉਹ ਜਿਹੜੇ ਗਏ ਨੇ ਉਹਨਾਂ ਦੇ ਆਪੋ ਵਿੱਚ ਵੀ ਕਈਆਂ ਗੱਲਾਂ ਤੇ મત ਭੇਦਿਆ ਪਰ ਇਸ ਗੱਲ ਦੇ ਉੱਤੇ ਉਹ ਸਾਰੇ ਇੱਕ ਰਾਏ ਆ ਕਿ ਪੰਜਾਬ ਵਿੱਚ ਸੰਕਟ ਦਾ ਸਮਾਂ ਤੇ ਸਾਰਿਆਂ ਨੂੰ ਮਿਲ ਕੇ ਚੱਲਣਾ ਚਾਹੀਦਾ ਜੀ ਦੂਜੀ ਉਹਨਾਂ ਦੀ ਇਸ ਗੱਲ ਦੇ ਉੱਤੇ ਇੱਕ ਰਾਏ ਆ ਕਿ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਇਨਸਾਫ਼ ਦਵਾਵਾਂਗੇ ਤੇ ਸਾਨੂੰ ਉਹ ਇਨਸਾਫ਼ ਦਿਵਾਉਣਾ ਚਾਹੀਦਾ ਜੀ ਕੋਟਕਪੂਰਾ ਗੋਲੀਕੰਡ ਦੇ ਮਸਲੇ ਤੇ ਵੀ ਉਹਨਾਂ ਸਰਨ ਦੀ ਇੱਕ ਰਾਏ ਆ ਉਹਨਾਂ ਦੀ ਇਸ ਗੱਲ ਤੇ ਵੀ ਇੱਕ ਰਾਏ ਆ ਕਿ ਪੰਜਾਬ ਦੀ ਹੋਣ ਵਾਲੀ ਸਰਕਾਰ ਨੇ ਵਾਅਦਾ ਕੀਤਾ ਸੀ ਆ ਕੰਮ ਕਰਾਂਗੇ ਪਰ 4 ਸਾਲ ਜੜਿਆ ਘੜੀਆਂ ਦੀਆਂ ਸੂਈਆਂ ਘੁੰਮਦੀਆਂ ਵੱਲ ਵੇਖਦੇ ਰੇ ਆਰਾਮ ਦੇ ਦਿਨ ਕੱਟਦੇ ਰੇ ਲੋਕਾਂ ਵਿੱਚ ਗਏ ਨਹੀਂ ਕੰਮ ਕੋਈ ਕੀਤਾ ਨਹੀਂ ਸਾਰਾ ਕੁਝ ਰੋੜ ਦਿੱਤਾ ਜੀ ਉਹ ਜਿਹੜੇ ਐਮਐਲਏ ਤੇ ਐਮਪੀ ਇਕੱਠੇ ਹੋ ਕੇ ਗਏ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲ ਪਏ ਸਿੱਧੂ ਪਤਾ ਨਹੀਂ ਅੱਜਕੱਲ ਕਿਸੇ ਨੂੰ ਮਿਲਦਾ ਮਿਲਦਾ ਧਿਆਨੀ ਹੂੰ ਕੋਈ ਪੁਰਾਣੀਆਂ ਸੰਝਾਂ ਹੋਣੀਆਂ ਮਿਲਣਾ ਮੰਨ ਗਿਆ ਉਹ ਇਹਨਾਂ ਨੇ ਉਹਦੇ ਰਸਤੇ ਵੀ ਸੁਣਿਆ ਜੀ ਪਰ ਕੱਲੇ ਸੁਣੇ ਨਹੀਂ ਅੱਗੋਂ ਠੰਡੀਆਂ ਤਤੀਆਂ ਇਹਨਾਂ ਨੇ ਵੀ ਸੁਣਾਈਆਂ ਹੂੰ ਕਿ ਤੂੰ ਅਜੇ ਤੱਕ ਇਹ ਸਾਫ਼ ਕੀਤਾ ਕਿ ਤੇਰੇ ਮਨ ਦੇ ਵਿੱਚ ਨਕਸ਼ਾ ਕੀ ਜੀ ਉਹਨੇ ਕਿਹਾ ਮੈਂ ਕੇਂਦਰ ਦੇ ਵਿੱਚ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਉਹਦੀ ਭੈਣ ਪ੍ਰਿਯੰਕਾ ਗਾਂਧੀ ਮੈਂ ਉਸ ਪਰਿਵਾਰ ਨੂੰ ਸਮਰਪਿਤ ਆ ਮੈਂ ਉਹਨਾਂ ਦੇ ਨਾਲ ਜਿਹੜੇ ਸਾਂਝਾ ਤੋੜ ਨਹੀਂ ਸਕਦਾ ਮੈਂ ਕਾਂਗਰਸ ਪਾਰਟੀ ਦਾ ਪੱਕਾ ਤੇ ਜੇ ਪੱਕਾ ਹੈ ਤੇ ਜਦੋਂ ਪਿਛਲੇ ਹਫਤੇ ਖਬਰ ਆਈ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਪ੍ਰੋਫਾਈਲ ਤੋਂ ਕਾਂਗਰਸ ਲੀਡਰ ਵਾਲਾ ਥਾਂ ਡਿਲੀਟ ਕਰ ਦਿੱਤਾ ਨਾਮ ਕੱਟਤਾ ਸੀ ਫਿਰ ਉਹਨੂੰ ਸਪੈਸ਼ਲ ਕਰਨਾ ਚਾਹੀਦਾ ਸੀ ਕਿ ਮੈਂ ਨਹੀਂ ਕੱਟਿਆ ਮੈਂ ਤਾਂ ਕਾਂਗਰਸ ਦੇ ਨਾਲ ਤੇ ਜੇ ਕੱਟ ਦਿੱਤਾ ਤੇ ਕੱਟ ਦਿੱਤਾ ਹੁਣ ਦੁਬਾਰਾ ਲਿਖਣ ਵਾਸਤੇ ਕਿੰਨਾ ਚੰਗਾ ਲੱਗੂ ਉਹਨਾਂ ਸਾਰਿਆਂ ਨੇ ਆਖਿਆ ਸਿੱਧੂ ਸਾਹਿਬ ਅਸੀਂ ਤੁਹਾਡੇ ਕੋਲ ਮੁਰਮੁਰ ਕੇ ਆਈਏ ਤੁਸੀਂ ਅੰਦਰ ਚੁੱਪ ਵੱਟ ਕੇ ਬੈਠੇ ਰਹੋ। ਅਸੀਂ ਬਾਹਰ ਆਈਏ ਮੱਥਾ ਟੇਕ ਕੇ ਮੁੜ ਜਾਈਏ। ਤੁਸੀਂ ਧਿਆਨ ਲਾ ਕੇ ਯੋਗਾ ਕਰੀ ਜਾਓ। ਜੀ। ਇਦਾਂ ਗੱਲਾਂ ਨਹੀਂ ਚੱਲਣੀਆਂ। ਪਹਿਲਾਂ ਤੁਸੀਂ ਆਪਣਾ ਭੁਵਿਕ ਨਕਸ਼ਾ ਦੱਸੋ ਤੁਸੀਂ ਕਰਨਾ ਕੀ ਚਾਹੁੰਦੇ ਹੋ। ਇਹ ਵੀ ਉਹਨਾਂ ਨੇ ਆਖਿਆ ਜੋ ਮੇਰੇ ਕੋਲ ਗੱਲ ਪਹੁੰਚੀ ਹੈ। ਜੀ। ਮੈਂ ਤੇ ਵਿੱਚ ਨਹੀਂ ਨਾ। ਜਿਹੜੀ ਮੇਰੇ ਕੋਲ ਗੱਲ ਪਹੁੰਚੀ ਉਹਨਾਂ ਨੇ ਇਹ ਵੀ ਆਖਿਆ ਕਿ ਤੁਸੀਂ ਇਸ ਪਾਰਟੀ 'ਚ ਰਹੋ ਤੁਸੀਂ ਉਸ ਪਾਰਟੀ ਜਾਓ। ਜਿੱਥੇ ਵੀ ਜਾਓਗੇ ਨਾਲ ਦੀ ਟੀਮ ਨਾਲ ਕੋਈ ਗੱਲ ਮਨਾਉਣੀ ਪਣੀ ਕੋਈ ਉਹਨਾਂ ਦੀ ਮੰਨਣੀ ਪਣੀ ਹੈ ਇਹ ਨਹੀਂ ਹੋ ਸਕਦਾ ਕਿ ਆਈ ਐਮ ਨਵਜੋਤ ਸਿੱਧੂ ਤੇ ਜੋ ਮੇ ਅੱਖਾਂ ਸਿੱਧੂ ਦੀ ਗੱਲ ਸਿੱਧੀ ਸਾਰੀ ਮੰਨਣ ਜੀ ਇਹ ਤਾਂ ਮੰਨ ਨਹੀਂ ਜਾ ਸਕਦੀ ਕਿਸੇ ਵੀ ਪਾਰਟੀ ਚ ਛੋਟਾ ਲੀਡਰ ਹੋਵੇ ਵੱਡਾ ਹੋਵੇ ਉਹਨਾਂ ਦੇ ਟੀਮ ਨਾਲ ਚੱਲਣਾ ਤੇ ਤਾਂ ਹੀ ਪਾਰਟੀ ਚੱਲ ਸਕਦੀ ਹੈ ਇਹ ਸਾਰੀਆਂ ਖੜੀਆਂ ਖੋਟੀਆਂ ਇਹਨਾਂ ਵੀ ਸੁਣਾਈਆਂ ਉਹਨੇ ਵੀ ਕੁਝ ਕੌੜੀਆਂ ਫਿੱਕੀਆਂ ਸੁਣਾਈਆਂ ਉਨੇ ਵੀ ਸੁਣਾਇਆ ਕਿ ਮੇਰੇ ਬਾਰੇ ਤੁਹਾਡੇ ਚ ਫਲਾਣ ਫਲਾਣ ਨੇ ਆਪ ਧਿਆਨ ਦਿੱਤੇ ਸੀ ਜੀ ਤੇ ਇਹਨਾਂ ਨੇ ਵੀ ਆਖਿਆ ਕਿ ਤੂੰ ਕਿਹੜੇ ਕਿਹੜੇ ਵਕਤ ਕੀ ਕੀ ਕੀਤਾ ਇਹ ਸਾਰਾ ਕੁਝ ਕਰ ਕਰਾ ਕੇ ਆਇਆ ਇੱਕ ਤਰੀਕਾ ਹੁੰਦਾ ਕਿ ਪ੍ਰੈਸ਼ਰ ਕੁੱਕਰ ਫਟਣ ਵਾਲਾ ਸੀ ਸੀਟੀ ਵੱਜੀ ਆ ਜੀ ਜਿੰਨੀ ਇੱਕ ਭਾਪ ਬਣੀ ਸੀ ਨਿਕਲ ਗਈ ਆ ਇਹ ਵੀ ਆਪਣੀ ਭਾਪ ਕੱਢ ਐ ਉਹਦੇ ਕੁੱਕਰ ਨੇ ਵੀ ਸੀਟੀਆਂ ਮਾਰਦੀਆਂ ਜਿੰਨੀ ਕੁ ਭਾਪ ਸੀ ਨਿਕਲ ਗਈ ਹੁਣ ਮਿਲ ਕੇ ਚੱਲਪਣ ਬਿਲਕੁਲ ਪਰ ਇਹਨਾਂ ਦੀ ਅੱਜ ਦੀ ਮੀਟਿੰਗ ਤੋਂ ਮਿਲ ਕੇ ਚੱਲਣ ਵਾਲਾ ਕੋਈ ਸਾਈਨ ਨਹੀਂ ਮਿਲਿਆ ਕਹਿੰਦੇ ਆ ਮੰਤਰੀ ਚਰਨਜੀਤ ਸੋਚਨੀ ਗਿਆ ਸੀ ਸੁਖਜਿੰਦਰ ਸਿੰਘ ਰੰਧਾਵਾ ਗਿਆ ਸੀ ਐਮਐਲਏ ਪ੍ਰਗਟਸ ਹੋ ਗਿਆ ਸੀ ਕੁਸ਼ਲਦੀਪ ਸਿੰਘ ਢੱਲੋਂ ਗਿਆ ਸੀ ਹੋਰ ਵੀ ਗਏ ਸੰ ਇਹ ਸਾਰੇ ਉਹਦੇ ਨਾਲ ਨੇੜ ਵਾਲੇ ਵੀ ਨੇ ਔਖੇ ਵਕਤੋ ਦੇ ਨਾਲ ਨਿਭਤੇ ਵੀ ਰਹੇ ਨੇ ਪਰ ਸਾਰਿਆਂ ਨੂੰ ਕੁਝ ਨਾ ਕੁਝ ਗੱਲਾਂ ਤੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਇਹੋ ਜਿਹੀ ਕੌੜ ਵੀ ਹੈ ਕਿ ਉਹ ਆਪਣੀ ਗੱਲ ਕਹਿੰਦਾ ਦੂਸਰੇ ਕਿਸੇ ਦੀ ਮੰਦਾ ਨਹੀਂ ਜੀ ਜਿਹੜੇ ਹਰੀਸ਼ रावत ਨੂੰ ਪੰਜਾਬ ਦਾ ਇੰਚਾਰਜ ਬਣਾਇਆ ਸੰਗਿਆ ਸੀਗਾ ਉੱਤਰਾਖੰਡ ਦਾ ਸਾਬਕਾ ਮੁੱਖ ਮੰਤਰੀ ਸੀ ਉਹ ਇਹਨੂੰ ਘਰੋਂ ਮਨਾ ਕੇ ਲੈ ਕੇ ਗਿਆ ਸੀ ਰਾਹੁਲ ਗਾਂਧੀ ਧਿਆਨ ਤੋਂ ਪਹਿਲੀ ਤਕਰੀਰ ਹੀ ਕੀਤੀ ਤੇ ਦੂਜੀ ਵਿੱਚ ਕਰਨ ਵਾਲਾ ਰਕਮ ਹੀ ਨਾ ਰਹਿਣਤਾ ਉਸ ਇੱਕ ਤਕਰੀਰ ਤੋਂ ਬਾਅਦ ਹੀ ਪਿੱਛੇ ਮੁੜਨਾ ਪੈ ਗਿਆ ਜੀ ਉਹਨਾਂ ਨੇ ਉਸ ਡਾਇਰੈਕਟਰ ਤੇ ਨਹੀਂ ਬਿਠਾਇਆ ਜਿੱਥੇ ਰਾਹੁਲ ਗਾਂਧੀ ਸੀ ਕਿਤਨੇ ਕਿਤੇ ਜਾ ਕੇ ਕੁਛ ਨਾ ਕੁਝ ਜਪਾਰਟੀ ਚ ਰਹਿਣਾ ਤੇ ਪਰ ਐਡਜਸਟਮੈਂਟ ਜਾਂ ਇਹਨੂੰ ਕਰਨੀ ਪਊ ਜਾਂ ਉਹਨਾਂ ਨੂੰ ਕਰਨੀ ਪਊ ਜੀ ਇਹਨਾਂ ਦੀ ਪਾਰਟੀ ਦਾ ਮਾਮਲਾ ਕਿਸੇ ਦੂਸਰੇ ਨੇ ਬਾਹਰੋਂ ਆ ਕੇ ਇਹਨਾਂ ਦੀ ਫੜ ਬਾ ਫੜਾਵਾ ਸਮਝੌਤਾ ਕਰ ਲਾ ਆ ਕਰ ਲਾ ਤੂੰ ਆ ਕਰ ਲਾ ਤੇ ਇਦਾਂ ਰਲ ਕੇ ਚਲੋ ਕਿਸੇ ਨੇ ਨਹੀਂ ਕਰਨਾ ਜੀ ਜੇ ਤਾਂ ਇਹ ਕਰ ਲੈਣਗੇ ਤੇ ਠੀਕ ਆ ਨਹੀਂ ਤੇ ਆਸਾਮ ਵਾਲਿਆਂ ਨੇ ਆਪੋ ਚ ਲੜ ਕੇ ਪੱਠਾ ਬਿਠਾਤਾ ਦੋ ਵਾਰੀ ਲਗਾਤਾਰ ਭਾਜਪਾ ਜਿੱਤ ਗਈ ਹੁਣ ਅੱਗੋ ਖਾਸ ਕੋਈ ਨਹੀਂ ਜੀ ਬੰਗਾਲ ਵਿੱਚ ਕਈ ਸਾਲਾਂ ਤੱਕ ਇਹਨਾਂ ਦਾ ਰਾਜ ਰਿਆ ਸੀ ਟੱਕਰਵਾਦ ਚ ਕਾਂਗਰਸਾਂ ਨਾਲ ਹੁੰਦੀ ਸੀ ਉਸ ਵੇਲੇ ਬੰਗਾਲ ਦੀ ਸਰਕਾਰ ਚ ਬਿਲਕੁਲ ਸਫਾਇਆ ਹੋ ਗਿਆ ਕਿੰਨੇ ਹੋਰ ਸੂਬਿਆਂ ਚ ਕਾਂਗਰਸ ਕਿੰਨੀ ਤਗੜੀ ਹੁੰਦੀ ਸੀ ਨਕ ਨਹੀਂ ਜਿਹੜੇ ਉੱਤਰ ਪ੍ਰਦੇਸ਼ ਨੇ ਇਹਨਾਂ ਲੰਮਾ ਸਮਾਂ ਰਾਜ ਬਖਸ਼ਿਆ ਸੀ ਜਦੋਂ ਸਾਰੇ ਭਾਰਤ ਵਿੱਚ ਕਦੇ ਪੈਰ ਨਹੀਂ ਸੀ ਲੱਗਦੇ ਉਦੋਂ ਵੀ ਮਾਂ ਪੁੱਤ ਨੂੰ ਉੱਥੋਂ ਜਿਤਾਉਂਦੇ ਰਹੇ ਸੀ ਪਿਛਲੀ ਵਾਰੀ ਉਸ ਉੱਤਰ ਪ੍ਰਦੇਸ਼ ਨੇ ਪੁੱਤਰ ਨੂੰ ਕਹਤਾ ਤੋਂ ਇੱਥੋਂ ਉੱਤਰ ਤੇ ਉਹ ਦੱਖਣ ਚ ਚਲ ਜਾ। ਜੀ। ਮਾਜ ਹੈ ਕਿ ਅਗਲੀ ਵਾਰੀ ਤੱਕ ਉਹਨੇ ਪਤਾ ਨਹੀਂ ਚੋਣ ਲੜਨੀ ਹੈ ਕਿ ਉਹਨੇ ਵੀ ਸੀਟ ਬਦਲਣੀ ਹੈ। ਇਹ ਜੇ ਉੱਤਰ ਪ੍ਰਦੇਸ਼ ਵਿੱਚੋਂ ਵੀ ਉੱਤਰ ਗਏ ਨੇ। ਬਾਕੀ ਥਾਵਾਂ ਤੋਂ ਵੀ ਪਾਣੀ ਉੱਤਰਦਾ ਜਾਂਦਾ। ਤੇ ਫਿਰ ਉਹਨਾਂ ਨੂੰ ਵੀ ਸੋਚਣਾ ਪਏਗਾ ਤੇ ਜਿਹੜੇ ਇਹ ਇੱਥੇ ਇਹੋ ਜਿਹੀਆਂ ਅੜੀਆਂ ਕਰਦੇ ਨੇ। ਇਹ ਵੀ ਜੇ ਤਾਂ ਇਹਨਾਂ ਪਾਰਟੀ ਬਚਾਉਣੀ ਮਾੜਾ ਮੋਟਾ ਆਪਣਾ ਅਕਸ ਬਚਾਉਣਾ ਤੇ ਇਕੱਠੇ ਹੋਣਾ ਪਊ। ਨੇ ਤਾਂ ਫਿਰ ਲੋਕੀਆਂ ਨਾਲ ਲਿਬੇਟੂ ਉੱਡ ਕੇ ਇਕੱਠੇ ਕਰ ਦੇਣਗੇ ਤੇ ਉਹ ਨੁਕਰ ਚ ਧਰ ਦੇਣਗੇ। ਪੰਨ ਸਾਹਿਬ ਇੱਕ ਸਵਾਲ ਹੈ ਇੱਥੇ ਹੋਰ ਕੇਂਦਰ ਵਿੱਚ ਤਾਂ ਆਪਸੀ ਫੁੱਟ ਨਜ਼ਰ ਆ ਰਹੀ ਆ। ਬਹੁਤ ਸਾਰੇ ਬੰਦੇ ਹੁਣ ਪੰਜਾਬ ਵਿੱਚ ਵੀ ਕਈ ਮੰਤਰੀ ਹੈਗੇ ਆ ਜੇਬ ਚ ਅਸਤੀਫਾ ਫਾਈ ਫਿਰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਵਿੱਚ ਵੀ ਫਿਰ ਬਾਗੀ ਸੁਰਾ ਮਿਲਦੀ ਸੰਭਾਵਨਾ ਹੈਗੀ ਆ ਕਿਉਂਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਬਹੁਤ ਹੈ ਤੇ ਨਵਜੋਤ ਸਿੰਘ ਸਿੱਧੂ ਨਾਲ ਵੀ ਕੁਝ ਜੁੜਿਆ ਜਿੰਨੇ ਮਰਜ਼ੀ ਹੋਏ ਫਿਰਨ। ਇਹ ਅਗਲੀਆਂ ਚੋਣਾਂ ਤੱਕ ਇਹਨਾਂ ਦਾ ਆ ਰੌਲਾ ਰੱਪਾ ਰਹਿਣਾ। ਜੀ। ਉੱਥੇ ਜਾ ਕੇ ਜੇ ਇਕੱਠੇ ਵੀ ਹੋ ਗਏ ਤੇ ਲੋਕਾਂ ਆਖਣਾ ਕਿ ਤੁਸੀਂ ਚੋਣਾ ਲੜਨ ਵਾਸਤੇ ਇਕੱਠੇ ਹੁੰਦੇ ਜੀ ਕੰਮ ਕਰਨ ਵਾਸਤੇ ਇਕੱਠੇ ਕਿਉਂ ਨਹੀਂ ਹੁੰਦੇ ਅੱਜ ਸਾਡੇ ਕੋਲ ਆ ਗਏ ਆ ਪੰਜਾਂ ਸਾਲਾਂ ਦੇ ਵਿੱਚ ਜਿਹੜੇ ਤੁਸੀਂ ਆਪੋਚ ਕਬੱਡੀ ਖੇਡਦੇ ਰਹੇ ਉਹਦਾ ਚੇਤਾ ਤੁਹਾਨੂੰ ਜੀ ਇੱਕ ਦੂਸਰੇ ਦੀਆਂ ਪੱਗਾਂ ਰੋਲਦੇ ਰਹੇ ਇੱਕ ਦੂਜੇ ਨੂੰ ਨਿੰਦ ਦੇ ਨਾਲ ਦੇ ਰਹੇ ਆ ਅੱਜ ਸੀਟਾਂ ਕਢਣ ਵਾਸਤੇ ਤੁਸੀਂ ਆ ਗਏ ਔਰ ਮੈਨੂੰ ਪਤਾ ਚੋਣਾ ਵਿੱਚ ਵੀ ਇੱਕ ਦੂਸਰੇ ਦੀ ਲੱਤ ਖਿੱਚਣਗੇ ਕਿਉਂਕਿ ਇਹ ਵਾਦੜੀਆਂ ਸਜਾਦੜੀਆਂ ਜਿਹੜੀਆਂ ਜੀ ਉਹ ਸਿਰਾਂ ਦੇ ਨਾਲ ਨਿਭਦੀਆਂ ਹੁੰਦੀਆਂ ਇਹ ਚੋਣਾ ਚ ਵੀ ਸੁਧਰਨੇ ਲੱਗੇ ਅੱਗੇ ਇਹਨਾਂ ਨੇ ਲਗਾਤਾਰ 10 ਸਾਲ ਕੁੱਟ ਖਾਦੀ ਸੀ ਸੜਕਾਂ ਦੇ ਉੱਤੇ ਘੁੰਮਦੇ ਫਿਰਦੇ ਸੀ ਜੀ ਨਾ ਸੁਧਰੇ ਤਾਂ ਫੇਰ ਹਕਮਣਗਾ ਮੈਂ ਸਵਾਲ ਤਾਂ ਪੁੱਛਿਆ ਕਿਉਂਕਿ ਕੱਲ ਜਦੋਂ ਮੀਟਿੰਗ ਹੋਈ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਐਮਪੀਜ਼ ਨਾਲ ਉਹ ਕਹਿੰਦੇ ਆ ਕਿ ਲਾਕਡਾਊਨ ਸਾਡੇ ਵੱਲੋਂ ਲਾਉਣਾ ਪੈਣਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਅਜੇ ਜ਼ਰੂਰਤ ਨਹੀਂ ਕਿ ਮੈਂ ਇਸ ਕਰਕੇ ਉਹ ਉਹ ਹਾਲਾਤ ਦੀਆਂ ਮਜਬੂਰੀਆਂ ਨੇ ਉਹਨਾਂ ਨੇ ਜੀ ਡਿਪਟੀ ਕਮਿਸ਼ਨਰਾਂ ਨੂੰ ਕਹਿ ਤਾ ਕਿ ਤੁਸੀਂ ਆਪੋ ਆਪਣੇ ਜ਼ਿਲ੍ਹਿਆਂ 'ਚ ਫੈਸਲਾ ਕਰੋ ਇਹ ਵੀ ਅਸਲ 'ਚ ਪੰਜਾਬੀ ਦਾ ਮੁਹਾਵਰਾ ਤਵੇਲੇ ਦੀ ਬਲਾ ਬਸ਼ੀਰੇ ਦੇ ਗੱਲ ਜੀ ਜੇ ਪੰਜਾਬ ਪੱਦਰ ਦਾ ਲਾਇਆ ਤੇ ਲੋਕੇ ਪੰਜਾਬ ਸਰਕਾਰ ਦੇ ਖਿਲਾਫ ਹੋਣਗੇ ਡਿਪਟੀ ਕਮਿਸ਼ਨਰਾਂ ਦੇ ਸਰਪਾਦਿਓ ਆਪੋ ਆਪਣੇ ਜ਼ਿਲ੍ਹੇ 'ਚ ਆਰਡਰ ਕਰਨ ਤੇ ਭੁਗਤਣ ਅਸੀਂ ਆਖਾਂਗੇ ਅਸੀਂ ਨਹੀਂ ਲਾਇਆ ਡਿਪਟੀ ਕਮਿਸ਼ਨਰ ਸਿਆਣੇ ਆ ਉਹਨਾਂ ਨੇ ਫਿਰ ਵੀ ਵਪਾਰੀਆਂ ਦੀਆਂ ਐਸੋਸੀਏਸ਼ਨਾਂ ਨਾਲ ਗੱਲ ਕਰਕੇ ਤੇ ਰਾਹ ਕੱਢਣ ਦਾ ਯਤਨ ਕੀਤਾ ਜੀ ਕਿਸੇ ਤਰ੍ਹਾਂ ਤੇ ਆਰਡਿਵਨ ਦਾ ਫਾਰਮੂਲਾ ਕਿ ਇੱਕ ਦਿਨ 1 3 5 7 9 ਨੰਬਰ ਵਾਲੀਆਂ ਦੁਕਾਨਾਂ ਚੱਲਪਣ ਦੂਸਰੇ ਦਿਨ 2 4 6 8 0 ਵਾਲੀਆਂ ਚੱਲਪਣ ਕੁਝ ਥਾਵਾਂ ਤੇ ਉਹਨਾਂ ਨੇ ਕਹਿਤਾ ਕਿ ਜ਼ਰੂਰੀ ਦੁਕਾਨਾਂ 8:00 ਵਜੇ ਤੋਂ 8:00 ਵਜੇ ਤੱਕ ਖੁੱਲਣੀਆਂ ਤੇ ਗੈਰ ਜ਼ਰੂਰੀ 8:00 ਤੋਂ 8:00 ਵਜੇ ਤੱਕ ਖੁੱਲਣੀਆਂ ਕੁਝ ਦੁਕਾਨਾਂ ਇਹੋ ਜਿਹੀਆਂ ਡਿਗਰੀਆਂ ਜ਼ਰੂਰੀ ਚ ਵੀ ਆਉਂਦੀਆਂ ਗੈਰ ਜ਼ਰੂਰੀ ਚ ਵੀ ਆਉਂਦੀਆਂ ਨੇ ਉੱਥੇ ਕੀ ਕੀਤਾ ਜਾਏਗਾ ਉਹ ਸਾਰਾ ਦਿਨ ਖੁੱਲਣ ਗਿਆ ਕਿ ਉਹਨਾਂ ਨੂੰ ਤਾਲਾ ਲਵਾਤਾ ਜਾਵੇਗਾ ਇਹ ਸਮੱਸਿਆਵਾਂ ਜ਼ਿਲ੍ਹੇ ਦੇ ਪ੍ਰਸ਼ਾਸਨ ਸਾਹਮਣੇ ਵੀ ਆਉਣਗੀਆਂ ਜੀ ਕੁਝ ਕੰਮ ਜਿਹੜੇ ਆ ਕਿੰਦ ਇਥੇ ਰਾਜ ਪੱਧਰ ਤੇ ਹੋਣੇ ਚਾਹੀਦੇ ਆ ਰਾਜ ਸਰਕਾਰ ਨੂੰ ਕਰਨੇ ਚਾਹੀਦੇ ਆ ਰਾਜ ਸਰਕਾਰ ਐਸੋੜੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਹਰਕਤ ਦਿਓ ਤੋ ਆਸ ਕੀਤੀ ਜਾਂਦੀ ਆ ਆਗੂ ਦਾ ਕੰਮ ਅਗਵਾਈ ਕਰਨਾ ਹੁੰਦਾ ਜੀ ਐਸੋੜੇ ਪੰਜਾਬ ਸਰਕਾਰ ਉਸ ਤਰ੍ਹਾਂ ਦੀ ਅਗਵਾਈ ਨਹੀਂ ਦੇ ਰਹੀ ਲੋਕਾਂ ਦੇ ਮਨ ਚ ਕਈਆਂ ਗੱਲਾਂ ਤੇ ਨਾਰਾਜ਼ਗੀ ਆ ਮੁੱਖ ਮੰਤਰੀ ਕੈਪਟਨ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਨਾਰਾਜ਼ਗੀ ਸਮਝਣੀ ਚਾਹੀਦੀ ਆ ਔਰ ਸਮਝ ਕੇ ਉਹਦੇ ਮੁਤਾਬਕ ਕੰਮ ਕਰਨਾ ਚਾਹੀਦਾ ਹੁਣ ਤਾਂ ਟਾਈਮ ਹੀ ਥੋੜਾ ਜਿਹਾ ਰਹਿ ਗਿਆ ਜੀ ਔਰ ਜੇ ਹੁਣ ਵੀ ਇਹਨਾਂ ਨੇ ਕੰਮ ਨਾ ਕੀਤਾ ਤੇ ਫਿਰ ਮਹੀਨੇ ਤਾਂ ਰਹਿ ਗਏ ਨੇ ਹੁਣ 10 ਕੁ ਸਾਰੇ ਉਹਦੇ ਵਿੱਚੋਂ ਵੀ 4 ਕੁ ਮਹੀਨੇ ਕੋਡ ਆਫ ਕੰਡਕਟਰ ਨੇ ਖਾ ਜਾਣੇ 6 ਮਹੀਨੇ ਬਚੇ ਆ 6 ਮਹੀਨੇ ਬਚਦੇ ਆ ਬਿਲਕੁਲ ਜੇ ਤਾਂ ਇਸ ਵੇਲੇ ਕੋਈ ਕੰਮ ਕਰਨਗੇ ਤੇ ਠੀਕ ਹੈ ਨਹੀਂ ਤਾਂ ਲੋਕ ਐਸ ਵੇਲੇ ਜਿੰਨੇ ਖਿਜੇ ਪਏ ਨੇ ਇਹ ਚੋਣਾ ਆ ਲੈਣ ਦਿਓ ਇਹਨਾਂ ਨੇ ਲੋਕਾਂ ਦਾ ਕੰਮ ਨਹੀਂ ਕੀਤਾ ਪਰ ਲੋਕੀ ਇਹਨਾਂ ਦਾ ਕੰਮ ਕਰ ਦੇਣਗੇ ਇਹਨਾਂ ਨੂੰ ਫਿਰ ਪਤਾ ਲੱਗ ਜਾਏਗਾ ਕੀ ਕੰਮ ਦਾ ਮਤਲਬ ਕੀ ਹੁੰਦਾ ਜੀ ਇਹ ਸੇਵਾ ਕਰ ਨਹੀਂ ਸਕੇ ਲੋਕੀ ਇਹਨਾਂ ਦੀ ਸੇਵਾ ਕਰਦਣਗੇ ਭਾਨ ਸਾਹਿਬ ਜ਼ਰੂਰੀ ਗੈਰ ਜ਼ਰੂਰੀ ਤੁਸੀਂ ਗੱਲ ਕੀਤੀ ਆ ਉਹ ਠੇਕਿਆਂ ਦਾ ਰੌਲਾ ਪਿਆ ਸੀ ਜਾਦਾ ਕਰਕੇ ਉਹ ਨਹੀਂ ਪਤਾ ਲੱਗਾ ਇਹ ਤਾਂ ਜ਼ਰੂਰੀ ਹੈ ਕਿ ਗੈਰ ਜ਼ਰੂਰੀ ਸਰਕਾਰ ਲਈ ਠੇਕੇ 36 ਕਿਸਮ ਦੇ ਆ ਸੜਕਾਂ ਦੇ ਵੀ ਠੇਕੇ ਆ ਸ਼ਰਾਬ ਦੇ ਵੀ ਠੇਕੇ ਸਭ ਤੋਂ ਵੱਧ ਰੌਲਾ ਜਿਹੜਾ ਪੈਂਦਾ ਜੀ ਉਹ ਠੇਕੇ ਸਰਕਾਰੀ ਤੇ ਗੈਰ ਸਰਕਾਰੀ ਠੇਕੇ ਜਿਹੜੇ ਦਰਿਆਵਾਂ ਦੇ ਵਿੱਚੋਂ ਰੇਤ ਬਜਰੀ ਕੱਢਣਦੇ ਆ ਉਹ ਹੀ ਬੰਦੇ ਆ ਜਿਹੜੇ ਕਾਲੀ ਭਾਜਪਾ ਸਰਕਾਰ ਵੇਲੇ ਉਸ ਕਮਾਈ ਦੇ ਵਿੱਚੋਂ 80-20 ਕਰਕੇ ਵੱਡਾ ਐਸਾ ਕਾਲੀਆਂ ਨੂੰ ਦਿੰਦੇ ਸੀ ਥੋੜਾ ਬਹੁਤ ਚੋਗਾ ਕਾਂਗਰਸੀਆਂ ਨੂੰ ਪਾਉਂਦੇ ਸੀ। ਉਹੀ ਬੰਦੇ ਨੇ ਉਹ ਮਸ਼ੀਨਾਂ ਨੇ ਕਾਂਗਰਸੀ ਰਾਜ ਵਿੱਚ ਵੱਡਾ ਐਸਾ ਕਾਂਗਰਸੀ ਲੀਡਾਂ ਨੂੰ ਦਿੰਦੇ ਆ ਜੀ ਵਿਧਾਇਕਾਂ ਨੂੰ ਤੇ ਮੰਤਰੀਆਂ ਨੂੰ। ਛੋਟਾ ਐਸਾ ਥੋੜਾ ਬਹੁਤ ਕਾਲੀਆਂ ਨੂੰ ਪਾਈ ਜਾਂਦੇ ਵੀ ਕੱਲ ਨੂੰ ਕਿਤੇ ਇਹਨਾਂ ਦੀ ਸਰਕਾਰ ਹੀ ਨਾ ਆ ਜਾਂਦੀ ਹੋਵੇ। ਉਹ ਉਹ ਵੱਡਾ ਰੌਲਾ ਉਹਨਾਂ ਠੇਕਿਆਂ ਦਾ ਪੈਂਦਾ। ਦੇਖਦੇ ਆਂ ਜੀ ਅੱਗੇ ਅੱਗੇ ਕੀ ਕਰਦੇ। ਪੰਨ ਸਾਹਿਬ ਬਹੁਤ ਬਹੁਤ ਧੰਨਵਾਦ ਖਬਰਾਂ ਦੇ ਚਰਚਾ ਕਰਨ ਦੀ। ਜੀ। ਸੋ ਪ੍ਰੋਗਰਾਮ ਹੁਣ ਇਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ